ਦੁਕਾਨ ਸਮੋਰ ਅਸੀਂ ਕਰਤਾਰਪੁਰ ਸਾਹਿਬ ਮੌਜੂਦ ਆ ਇਸ ਟਾਈਮ ਅਸੀਂ ਮਾਰਕੀਟ ਚ ਆਇਆ ਨਾਲ ਗੁਰਦੁਆਰੇ ਦੇ ਨਾਲ ਇੱਕ ਛੋਟੀ ਜੀ ਮਿੰਨੀ ਮਾਰਕੀਟ ਹੈ ਖਾਣ ਪੀਣ ਦੀਆਂ ਚੀਜ਼ਾਂ ਮਿਲਦੀਆਂ ਨੇ ਕੁਝ ਗਿਫਟ ਆਈਟਮਸ ਮਿਲਦੇ ਨੇ ਇੱਥੇ ਔਰ ਗੁਰਦੁਆਰੇ ਤੋਂ ਅਸੀਂ ਚੱਕਰ ਲਗਾ ਕੇ ਹੁਣ ਆਇਆ ਇੱਥੇ ਲੋਕਾਂ ਨਾਲ ਗੱਲਬਾਤ ਕਰ ਰਿਹਾ ਮਾਰਕੀਟ 'ਚ ਅਤੇ ਮਾਰਕੀਟ 'ਚ ਮੈਨੂੰ ਕੁਛ ਯਾਤਰੀ ਮਿਲੇ ਨੇ ਇਹਨਾਂ ਨਾਲ ਗੱਲਬਾਤ ਕਰਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਰੁਤਵਿਕ ਅੱਛਾ ਰੁਤਵਿਕ 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 ਹਾਂਜੀ ਅਤੇ ਤੁਸੀਂ ਇਹਨਾਂ ਦੀ ਕੀ ਲੱਗਦਾ ਮੈਂ ਇਹਨਾਂ ਦੀ ਮਾਮ ਹੈ ਜੀ ਅਸੀਂ ਪੰਜਾਬ ਜਲੰਧਰੋਂ ਆਏ ਨੇ ਤਾਂ ਸਾਨੂੰ ਬਹੁਤ ਹੀ ਵਧੀਆ ਲੱਗਿਆ ਇੱਥੇ ਲਾਂਗੇ ਆ ਕੇ ਕਿ ਸਾਡਾ ਕਲਚਰ ਅਸੀਂ ਦੋਨੋਂ ਮਿਲ ਕੇ ਆਪਸ ਪਾਕਿਸਤਾਨੀ ਅਤੇ ਇੰਡੀਅਨਸ ਇੱਥੇ ਆਪਣੇ ਆਪ ਨੂੰ ਮਰਜ ਕਰਕੇ ਅਸੀਂ ਇੱਕ ਦੂਜੇ ਨੂੰ ਮਿਲ ਰਹੇ ਇੱਕ ਦੂਜੇ ਦਾ ਅਸੀਂ ਰਿਲੀਜੀਅਨ ਇੱਕ ਦੂਜੇ ਦਾ ਸਾਰਾ ਫੋਲੋਅਪ ਕਰ ਰਹੇ ਨੇ ਅਤੇ ਚੰਗਾ ਲੱਗ ਰਿਹਾ ਹੈ ਲਾਈਕ ਗੁੱਡ ਐਕਸਪੀਰੀਅੰਸ ਇਤਨੀ ਦੂਰ ਸੇ ਆਉਣਾ ਔਰ ਯਹਾਂ ਪੇ ਆਪਕਾ ਸਪੈਸ਼ਲ ਪਾਕਿਸਤਾਨੀ ਬਿਰਿਆਨੀ ਖਾਣਾ ਸਪੈਸ਼ਲ ਕੁਰਤੀਜ਼ ਲੈਣਾ ਪਾਕਿਸਤਾਨੀ ਸੂਟ ਲੈਣਾ ਜਵੈਲਰੀ ਲੈਣਾ ਇਟਸ ਅ ਵੰਡਰਫੁਲ ਐਕਸਪੀਰੀਅੰਸ ਬਹੁਤ ਅੱਛਾ ਲੱਗ ਰਿਹਾ ਅੱਛਾ ਬਿਰਿਆਨੀ ਖਾਧੀ ਹਾਂਜੀ ਹਾਂਜੀ ਟੇਸਟ ਕੀਤੀ ਸੀ ਕੈਸੀ ਬਿਰਿਆਨੀ ਹੈ ਪਾਕਿਸਤਾਨ ਪਾਕਿਸਤਾਨ ਕਾ ਦੇਖੋ ਥੋੜਾ ਸਾ ਤੋ ਮਸਾਲਾ ਫਰਕ ਹੀ ਹੈ ਨਾ ਅਬ ਜੋ ਹਮ ਲੋਗ ਬਨਾਤੇ ਹੈ ਉਸਸੇ ਥੋੜਾ ਫਰਕ ਹੈ ਅੱਛਾ ਲਗਾ ਟੇਸਟ ਬਹੁਤ ਅੱਛਾ ਲਗਾ ਨਾਈਸ ਇਹ ਜ਼ਿਆਦਾ ਸਪਾਈਸੀ ਹੈ ਜਾਂ ਉੱਥੇ ਵੀ ਨਹੀਂ ਤੁਹਾਡਾ ਇੱਥੇ ਕਰਕੇ ਜ਼ਿਆਦਾ ਤੇਜ਼ ਪਾ ਰਹੇ ਨੇ ਅਸੀਂ ਲੰਗਰ ਵੀ ਖਾਦਾ ਲੰਗਰ ਵੀ ਸਪਾਈਸੀ ਸੀ ਚੰਗਾ ਸੀ ਗੁੱਡ ਅੱਛਾ ਮੈਂ ਤੇ ਸੁਣਿਆ ਵਾ ਕਿ ਇੰਡੀਆ 'ਚ ਜਿਹੜਾ ਹੈ ਉਹ ਸਪਾਈਸੀ ਖਾਣੇ ਹੁੰਦੇ ਆ ਮੈਂ ਤਾਂ ਬਣਾਉਂਦੀ ਹਾਂ ਸਪਾਈਸੀ ਪਰ ਲੋਕੀ ਸਪੈਸ਼ਲ ਇੰਨਾ ਨਹੀਂ ਕਰਦੇ ਉਹ ਕਹਿੰਦੇ ਕਿ ਅਸੀਂ ਥੋੜਾ ਜਿਹਾ ਸਿੰਪਲ ਖਾਣਾ ਹੀ ਖਾਣਾ ਬਿਕੋਜ਼ ਹਰ ਕਿਸੇ ਨੂੰ ਆਪਣੀ ਹੈਲਥ ਦੇ ਇਸ਼ੂਜ਼ ਰਹਿੰਦੇ ਨੇ ਪਰ ਫਿਰ ਆਈ ਲਾਈਕ ਸਪਾਈਸੀ ਫੂਡ ਸੋ ਆਈ ਇੰਜੋਇਡ ਅ ਲੋਟ ਕਰਦੇ ਕੀ ਤੁਸੀਂ ਆਈ ਐਮ ਅ ਹਾਊਸਵਾਈਫ ਬੇਸਿਕਲੀ ਬਟ ਆਮ ਅ ਫੈਸ਼ਨ ਡਿਜ਼ਾਈਨਰ ਐਂਡ ਆਈ ਰਨ ਮਾਈ ਬੁਟੀਕ ਆਲਸੋ ਐਂਡ ਵੀ ਹੈਵ ਅ ਕੈਫੇ ਆਲਸੋ ਇਨ ਜਲੰਧਰ ਸੋ ਐਂਡ ਵੀ ਓਨ ਅ ਪੈਟਰੋਲ ਪੰਪ ਆਲਸੋ ਇੱਕ ਪੈਟਰੋਲ ਪੰਪ ਹੈਗਾ ਜੀ ਇੱਕ ਕੈਫੇ ਹੈਗਾ ਤੇ ਇੱਕ ਬਾਜੀ ਹੋਰਾਂ ਦੀ ਬੁਟੀਕ ਹੈਗੀ ਹੈ ਨਾਮ ਵੀ ਦੱਸ ਦੋ ਤਾਂ ਕਿ ਫੁੱਲ ਪ੍ਰੋਮੋਸ਼ਨ ਹੋ ਜਾ ਤੁਹਾਡੇ ਬਿਜ਼ਨਸ ਦਾ ਵੀ ਹੈਵ ਅ ਕੈਫੇ ਇਨ ਜਲੰਧਰ ਬਾਈ ਦਾ ਨੇਮ ਕਾਫੀ ਸੀਕਰੇਟ ਬਾਜੀ ਆ ਗਏ ਬਾਜੀ ਆਸ ਪਾਸੇ ਆ ਗਏ ਹੀ ਇਜ਼ ਮਾਈ ਹਸਬੰਡ ਮਿਸਟਰ ਸਨੀ ਅਰੋੜਾ ਵੀ ਆਰ ਫਰਮ ਜਲੰਧਰ ਪੰਜਾਬ ਹੀ ਇਜ਼ ਦਾ ਓਨਰ ਆਫ ਪੈਟਰੋਲ ਪੰਪ BPCL ਭਾਰਤ ਪੈਟਰੋਲੀਅਮ ਐਂਡ ਬਾਜੀ ਬਿਜ਼ਨਸ ਦਾ ਪ੍ਰੋਮੋਸ਼ਨ ਹੋ ਰਿਹਾ ਹੈ ਅਸੀਂ ਤਾਂ ਜੀ ਮੱਥਾ ਟੇਕਣ ਆਏ ਆ ਹੁਣ ਤੁਹਾਨੂੰ ਮਿਲ ਲਿਆ ਇਸ ਬਾਰੇ ਬੜਾ ਅੱਛਾ ਲੱਗਾ ਥੋੜਾ ਅੱਗੇ ਹੋ ਜਾ ਤੇ ਆਪਣਾ ਮੱਥਾ ਟੇਕ ਕੇ ਮਾਰਕੀਟ ਚ ਆਏ ਆ ਨਾ ਬਿਲਕੁਲ ਬਿਲਕੁਲ ਤੇ ਆਪਣਾ ਕਿਦਾਂ ਦੀ ਲੱਗ ਰਹੀ ਹੈ ਇੱਥੇ ਦੀ ਮਾਰਕੀਟ ਹਾਂ ਬਹੁਤ ਵਧੀਆ ਜੀ ਬੜਾ ਅੱਛਾ ਐਕਸਪੀਰੀਅੰਸ ਰਿਹਾ ਇਟ ਵਾਸ ਵੈਰੀ ਗੁੱਡ ਕਿ ਪਾਕਿਸਤਾਨ ਦੇ ਲੋਕ ਬੜੇ ਅੱਛੇ ਮਿਲੇ ਸਾਨੂੰ ਬਹੁਤ ਮਜ਼ਾ ਆਇਆ ਅੱਛਾ ਕਿਦਾਂ ਦੀ ਯਾਤਰਾ ਰਹੀ ਓਵਰਆਲ ਬਹੁਤ ਅੱਛਾ ਐਕਸਪੀਰੀਅੰਸ ਰਿਹਾ ਮੌਸਮ ਬੜਾ ਅੱਛਾ ਰਿਹਾ ਨਵੰਬਰ ਦਾ ਮਹੀਨਾ ਤੋਂ ਬਹੁਤ ਅੱਛੀ ਲੱਗੀ ਹੋਈ ਹੈ ਐਂਡ ਫੈਮਿਲੀ ਨਾਲ ਆਏ ਆ ਤੁਹਾਡੇ ਬੋਲਕ ਬਹੁਤ ਪਿਆਰ ਮਿਲਿਆ ਸਭ ਤੋਂ ਬਹੁਤ ਅੱਛਾ ਲੱਗਾ ਥੈਂਕ ਯੂ ਕੋਈ ਖਾਸ ਚੀਜ਼ ਜਿਹੜੀ ਇੱਥੇ ਤੁਹਾਨੂੰ ਅਟਰੈਕਟ ਬੜਾ ਕੀਤਾ ਹੋਵੇ ਕੋਈ ਮੈਮੋਰੇਬਲ ਚੀਜ਼ ਦੇਖੋ ਸਭ ਤੋਂ ਜ਼ਿਆਦਾ ਤਾਂ ਸਾਨੂੰ ਖੁਸ਼ੀ ਹੋਈ ਹੈ ਇਤਿਹਾਸਿਕ ਗੁਰਦੁਆਰਾ ਸਾਹਿਬ ਨੂੰ ਮੱਥਾ ਟੇਕ ਕੇ ਉਸ ਤੋਂ ਬਾਅਦ ਲੋਕਲ ਮਾਰਕੀਟ ਦੇਖੀ ਸ਼ਾਪਿੰਗ ਕੀਤੀ ਪੰਜਾਬੀ ਜੁੱਤੀ ਖਰੀਦੀ ਤੁਹਾਡੇ ਪਾਕਿਸਤਾਨ ਤੋਂ ਜੁੱਤੀ ਜ਼ਰਾ ਕੱਢ ਕੇ ਅੱਛਾ ਕੁਝ ਮਿਠਾਈ ਖਰੀਦੀ ਕੁਝ ਜੁੱਤੀ ਖਰੀਦੀ ਬਹੁਤ ਜੀ ਹੈ ਪਾਕਿਸਤਾਨੀ ਜੁੱਤੀ ਸ਼ਾਪਿੰਗ ਹੋਈ ਹੈ ਅੱਛਾ ਬਾਜੀ ਬੜੀਆਂ ਜੀਨਾ ਸ਼ੀਨਾ ਪਾਈਆਂ ਤੇ ਫਿਰ ਘਰ ਜਾ ਕੇ ਮੈਂ ਘਰ ਜਾ ਕੇ ਸੇ ਕੁਝ ਪਜਾਮੇ ਵੀ ਪਾਉਂਦੇ ਆ ਇੱਥੇ ਦੀ ਗੱਲ ਅੱਛਾ ਬਾਜੀ ਵਾਹ ਤੇ ਜੁੱਤੀ ਮਹਿੰਗੀ ਮਿਲੀ ਜਾਂ ਸਸਤੀ ਮਿਲੀ ਹਾਂ ਪਾਕਿਸਤਾਨੀ ਚੀਜ਼ ਹੈ ਸਸਤੀ ਮਹਿੰਗੀ ਪਤਾ ਨਹੀਂ ਬਟ ਅੱਛੀ ਮਿਲੀ ਅੱਛਾ ਅੱਛਾ ਆਪਣਾ ਪੈਟਰੋਲ ਪੰਪ ਵੀ ਹੈਗਾ ਤੇ ਇੱਥੇ ਸਾਡੇ ਪਾਕਿਸਤਾਨ 'ਚ ਤਾਂ ਦਿਨੋ ਦਿਨ ਪੈਟਰੋਲ ਮਹਿੰਗਾ ਹੁੰਦਾ ਜਾ ਰਿਹਾ ਉੱਥੇ ਵੀ ਹੁੰਦਾ ਜਾ ਰਿਹਾ ਉੱਥੇ ਵੀ ਮਹਿੰਗਾ ਹੈ ਹੁਕੂਮਤ ਤਾਂ ਸਾਰੇ ਪਾਸੇ ਸੇਮ ਹੀ ਨੇ ਹੁਣ ਥੋੜਾ ਜਿਹਾ ਇਲੈਕਸ਼ਨ ਕਰਕੇ ਥੋੜਾ ਰਿਲੈਕਸੇਸ਼ਨ ਕਰੀ ਲੋ ਕਰੋ ਇਕਦਮ ਸਸਤਾ ਕੀਤਾ ਹੈ ਪਰ ਫਿਰ ਵੀ 95 ਰੁਪਏ ਲੀਟਰ ਦਾ ਹੈਗਾ ਹੀ ਹੈ ਅੱਛਾ ਅੱਛਾ ਇਹ ਲੋਕੀ ਕੀ ਕਹਿੰਦੇ ਆ 95 ਰੁਪਏ ਮਹਿੰਗਾ ਬਸ ਸਾਡੇ ਕੋਲ 145 ਰੁਪਏ ਦਾ ਉਹ ਸਾਡਾ ਇਸ ਵੇਲੇ 95 ਰੁਪਏ ਲੋਕੀ ਸਰਕਾਰ ਨੂੰ ਬੜੀਆਂ ਗਾਲਾਂ ਕੱਢਦੇ ਉਹਦਾ ਗਵਰਨਮੈਂਟ ਕੀ ਕਰੇ ਗਵਰਨਮੈਂਟ ਤਾਂ ਟੈਕਸ ਤੋਂ ਬਿਨਾਂ ਵਿਚਾਰਾ ਹੀ ਨਹੀਂ ਕਰੇ ਗਵਰਨਮੈਂਟ ਸੱਚੀ ਆਪਣੀ ਜਗ੍ਹਾ ਨਹੀਂ ਕੁਝ ਕਰ ਸਕਦੇ ਬਣਾਏ ਪੈਟਰੋਲ ਦੇ ਉੱਪਰ ਟੈਕਸ ਲੈਣਾ ਹੀ ਪੈਣਾ ਆਪਣਾ ਕਿਹੜੇ ਸ਼ਹਿਰ 'ਚ ਆਪਣਾ ਪੈਟਰੋਲ ਪੰਪ ਵਗੈਰਾ ਹੈ ਮੇਰਾ ਜਲੰਧਰ ਹੈ ਜਲੰਧਰ ਪੰਜਾਬ ਦਾ ਅੱਛਾ ਭਾਬੀ ਕੋਲ ਪੁੱਛ ਲੈਂਦੇ ਆ ਜਲੰਧਰ ਦੀ ਮਸ਼ਹੂਰ ਚੀਜ਼ ਕਿਹੜੀ ਜਵਾਲੀ ਦੇ ਪਕੌੜੇ ਆ ਜਵਾਲੀ ਦੇ ਪਕੌੜੇ ਐਂਡ ਦੀਨਾ ਨਾਥ ਕੇ ਚਨੇ ਭਟੂਰੇ ਔਰ ਕਿਆ ਹੈ ਹਮਾਰਾ ਸਪੈਸ਼ਲ ਖਾਣਾ ਪੀਣਾ ਹੀ ਸਰ ਖਾਣਾ ਪੀਣਾ ਹਮਾਰਾ ਸਪੈਸ਼ਲ ਪੰਜਾਬੀਆਂ ਦਾ ਹਵੇਲੀ ਹਵੇਲੀ ਸਾਡੇ ਟਾਪਾ ਬੜਾ ਹਵੇਲੀ ਟਾਪਾ ਬੜੀ ਜਨਤਾ ਪੰਜਾਬ ਮੇਂ ਨਾ ਤੁਸੀਂ ਆਓਗੇ ਤੁਸੀਂ ਖਾਣਾ ਪੀਣਾ ਹੀ ਇੰਜੋਏ ਕਰੋਗੇ ਰੈਲਿਸ਼ ਕਰੋਗੇ ਤੇ ਰਿਚ ਕਲਚਰ ਇੰਜੋਏ ਕਰੋਗੇ ਪੰਜਾਬੀ ਨਾਲ ਬੈ ਕੇ ਦੋ ਪੈਗ ਲਾਓਗੇ ਤੇ ਮੁਰਗਾ
पाकिस्तान से कुछ लोगों फोबिया वा उर्दू का हुंदे पंजाबी आ ठीक है मां प्यो पंजाबी बोलदा वा ते बच्चे उर्दू बोलदे आ घर च पंजाबी बोलदे आ ठीक है आ भांडे धो लै आ कर ले आ कर ले लेकिन जदों बाहर निकलदियां ने ना कुड़ियां खास कर मुंडे ते फिर भी पंजाबी बोल लैंदे आ गालां कढ़दे आ पंजाबी च कुड़ियां जदों बाहर निकलदियां ने ना फिर मुझे तो पंजाबी नहीं आती मामा पापा पंजाबी बोलते हैं अपनी मदर टंग का होता है वैसे आई स्पीक पंजाबी सानू आंदी पंजाबी बोलनी नचना भी आंदा गाना भी आंदा सब आंदा है क्या बात जबरदस्त अच्छा पंजाबी कोई अच्छा सा मैसेज दे दो मैसेज यही है सारे नू कि सब नू मिलजुल के रहना चाहिए इंडिया पाकिस्तान इको ही सके इन्हों इको ही बन के रहना चाहिए यह मुल्क बहुत सोहना है बड़ा मज़ा आया एंड उम्मीद रखते हैं कि फिर दोबारा असं लाहौर भी जल्दी आवेंगे अपनी फैमिली लैके क्या बात है जी जबरदस्त आओ जी मोस्ट वेलकम लाहौर आओ व्यूअर्स उम्मीद है तुम्हें भी अच्छा लगा होगा मैनू तो बड़ा अच्छा लगा इजाजत दौ रब रखा है।